ਕਾਰ ਬਣੂਗੀ। ਇੱਕ ਤਾਂ ਹੁੰਦਾ ਨਾ ਮੁੱਦੇ ਚੁੱਕਾਂਗੇ ਚੁੱਕਾਂਗੇ ਨਹੀਂ ਹੱਲ ਕਰਾਵਾਂਗੇ, ਸਰਕਾਰ ਹੀ ਸਾਡੀ ਬਣਨੀ। ਵਿਧਾਨ ਸਭਾ ਖਡੂਰ ਸਾਹਿਬ, ਲੋਕ ਸਭਾ ਖਡੂਰ ਸਾਹਿਬ ਦੇ ਵਿੱਚ 30,000 ਦੀ ਲੀਡ ਇਕੱਲੀ ਇਹ ਵਿਧਾਨ ਸਭਾ ਤੋਂ ਆਊ ਅਤੇ ਟੋਟਲ 2,00,000 ਤੋਂ ਪਲੱਸ ਅਸੀਂ ਲੋਕ ਸਭਾ ਤੋਂ ਜਿੱਤਾਂਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਚੋਣ ਮੈਦਾਨ ਵਿੱਚ ਉਤਰ ਚੁੱਕੀ ਹੈ ਔਰ ਪ੍ਰਚਾਰ ਲਗਾਤਾਰ ਜਾਰੀ ਹੈ, ਲੇਕਿਨ ਟਿਕਟ ਜਿਹੜੀ ਹੈ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਦਿੱਤੀ ਗਈ ਹੈ। ਉਹਦੇ ਹੱਕ ਦੇ ਵਿੱਚ ਅੱਜ ਜਿਹੜਾ ਖਡੂਰ ਸਾਹਿਬ ਦੇ ਵਿੱਚ ਇੱਕ ਵਿਧਾਇਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਲਾਲਪੁਰਾ, ਉਹਨਾਂ ਵੱਲੋਂ ਇੱਕ ਵੱਡਾ ਗਿਆ ਸੀ ਵਰਕਰ ਸੰਮੇਲਨ ਰੱਖਿਆ ਗਿਆ ਸੀ ਜਿਹੜਾ ਕਿ ਅੱਜ ਰੈਲੀ ਦਾ ਰੂਪ ਧਾਰਨ ਕਰ ਚੁੱਕਾ ਸੀ। ਸਾਨੂੰ ਸਾਡੇ ਨਾਲ ਲਾਲਜੀਤ ਜੀ ਮੌਜੂਦ ਨੇ। ਸਰ, ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਜਿਹੜੀ ਇੱਕ ਵੱਡਾ ਇਕੱਠ ਤੁਹਾਡੇ ਵੱਲੋਂ ਸੰਬੋਧਨ ਕੀਤਾ ਗਿਆ, ਲੇਕਿਨ ਉਹ ਰੈਲੀ ਦਾ ਰੂਪ ਧਾਰਨ ਕਰ ਚੁੱਕਾ ਸੀ? ਮੈਂ ਧੰਨਵਾਦ ਕਰਦਾ ਆਪਦੇ ਭਰਾ MLA ਖਡੂਰ ਸਾਹਿਬ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਦਾ ਅਤੇ ਟੋਟਲ ਵਿਧਾਨ ਸਭਾ ਖਡੂਰ ਸਾਹਿਬ ਦੇ ਸਾਡੇ ਆਮ ਆਦਮੀ ਪਾਰਟੀ ਦੇ ਸਮੁੱਚੇ ਕੇਡਰ ਦਾ, ਜਿਹੜਾ ਕਿ ਅੱਜ ਸਿਰਫ ਇੱਕ ਅਸੀਂ ਵਰਕਰ ਮਿਲਣੀ ਸਾਡੇ ਆਗੂਆਂ ਦੀ ਮਿਲਣੀ ਰੱਖੀ ਖਡੂਰ ਸਾਹਿਬ ਹਰ ਵਿਧਾਨ ਸਭਾ ਹਲਕੇ ਦੇ ਵਿੱਚ, ਅਤੇ ਅੱਜ ਵੱਡਾ ਠਾਠਾ ਮਾਰਦਾ ਇਕੱਠ ਇਹ ਗਵਾਹੀ ਭਰਦਾ ਕਿ ਵਿਧਾਨ ਸਭਾ ਖਡੂਰ ਸਾਹਿਬ, ਲੋਕ ਸਭਾ ਖਡੂਰ ਸਾਹਿਬ ਦੇ ਵਿੱਚ 30,000 ਦੀ ਲੀਡ ਇਕੱਲੀ ਇਹ ਵਿਧਾਨ ਸਭਾ ਤੋਂ ਆਊਗੀ ਅਤੇ ਟੋਟਲ 2,00,000 ਤੋਂ ਪਲੱਸ ਅਸੀਂ ਲੋਕ ਸਭਾ ਤੋਂ ਜਿੱਤਾਂਗੇ। ਪਰਮਾਤਮਾ ਕਿਰਪਾ ਕਰੇ, ਜਿਹੜੇ ਮੁੱਦੇ ਨੇ ਮਸਲੇ ਨੇ ਲੋਕ ਸਭਾ ਖਡੂਰ ਸਾਹਿਬ ਦੇ, ਉਹ ਸਾਰੇ ਹੱਲ ਕਰਾ ਕੇ ਲੈ ਕੇ ਆਵਾਂਗੇ। ਇੰਡੀਆ ਲਾਈਫ ਦੀ ਸਰਕਾਰ ਬਣੂਗੀ। ਇੱਕ ਤਾਂ ਹੁੰਦਾ ਨਾ ਮੁੱਦੇ ਚੁੱਕਾਂਗੇ ਚੁੱਕਾਂਗੇ ਨਹੀਂ ਹੱਲ ਕਰਾਵਾਂਗੇ, ਸਰਕਾਰ ਹੀ ਸਾਡੀ ਬਣਨੀ। ਬਿਲਕੁਲ, ਇਹ ਮਨਜਿੰਦਰ ਲਾਲਪੁਰਾ ਜੀ ਸਾਡੇ ਨਾਲ ਨੇ। ਸਰ, ਮੁੱਦਿਆਂ ਦੀ ਗੱਲ ਕਰ ਲਈ, ਉਹਨਾਂ ਨੇ ਮੁੱਦੇ ਕਿਹੜੇ ਅਹਿਮ ਰਹਿਣ ਵਾਲੇ ਨੇ ਜਿਹੜੇ ਤੁਸੀਂ ਉਹਨਾਂ ਨੂੰ ਸਟੇਜ ਤੋਂ ਵੀ ਦੱਸੇ ਸੀ? ਇੱਕ ਤਾਂ ਸਾਡੇ ਬੰਨ ਦਾ ਮਸਲਾ ਬਹੁਤ ਵੱਡਾ ਕਿ ਜਦੋਂ ਹੜ੍ਹ ਆਉਂਦੇ ਜਾਂ ਪਾਣੀ ਆਉਂਦਾ ਤੇ ਬੰਨ ਨਹੀਂ ਹੈਗਾ ਸਾਡੇ ਏਰੀਏ, ਸਾਰੇ ਪੂਰੇ ਪੰਜਾਬ ਦੇ ਵਿੱਚ ਦਰਿਆ ਦੇ ਬੰਨ ਹੈਗੇ, ਪਰ ਇੱਕ ਖਡੂਰ ਸਾਹਿਬ ਹਲਕਾ ਇੱਦਾਂ ਦਾ ਜਿੱਥੇ ਬੰਨ ਨਹੀਂ ਹੈਗਾ, ਅਤੇ ਉਹ ਇਹਨਾਂ ਅੱਗੇ ਮੰਗ ਰੱਖੀ ਆ ਕਿ ਉੱਤੇ ਇੰਡੀਆ ਗਠਜੋੜ ਦੀ ਸਰਕਾਰ ਬਣਦੀ ਆ ਅਤੇ ਤੁਸੀਂ ਹੁਣ ਇੱਥੋਂ MP ਬਣਨਾ ਅਤੇ ਸਾਡਾ ਜਿਹੜਾ ਸਭ ਤੋਂ ਪਹਿਲਾਂ ਮੁੱਦਾ ਇਹ ਹੱਲ ਕਰਿਓ। ਦੂਜਾ ਪਾਸਪੋਰਟ ਦਫ਼ਤਰ ਦਾ ਕਿਹਾ? ਬਿਲਕੁਲ, ਜਿਹੜੇ ਮੁੱਦੇ ਉਹਨਾਂ ਨੇ ਦੋ ਦੱਸੇ ਨੇ, ਪਾਸਪੋਰਟ ਦਫ਼ਤਰ ਦੀ ਗੱਲ ਕਰ ਲਈ ਹੈ ਔਰ ਇੱਕ ਬੰਦ ਦੀ ਗੱਲ ਕਰ ਲਈ ਹੈ, ਕਾਫ਼ੀ ਪਰੇਸ਼ਾਨੀਆਂ ਨੇ ਲੋਕਾਂ ਨੂੰ, ਉਸ ਨੂੰ ਕਿਸ ਤਰੀਕੇ ਨਾਲ ਦੇਖਦੇ? ਦੇਖੋ, ਬਾਬਾ ਨਾਨਕ ਕਿਰਪਾ ਕਰੇ, ਜਿਹੜੇ ਤਖ਼ਤ ਏ ਤਾਜ ਆ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਹੀ ਦੇਣੀ ਆ। ਸਰਕਾਰ ਬਣ ਦਿਓ ਇੰਡੀਆ ਲਾਈਨਸ ਦੀ, MP ਤੁਹਾਡੇ ਭਰਾ ਨੇ ਬਣ ਜਾਣਾ, ਬਾਬੇ ਨਾਨਕ ਨੇ ਕਿਰਪਾ ਕਰ ਦੇਣੀ ਆ। ਜਿਹੜਾ ਪਾਸਪੋਰਟ ਦਫ਼ਤਰ, ਇਹ ਪਹਿਲ ਦੇ ਆਧਾਰ 'ਤੇ ਲਿਆਵਾਂਗੇ, ਕਿਉਂਕਿ ਸਾਡੇ ਲੋਕ ਸਭਾ ਖਡੂਰ ਸਾਹਿਬ ਦੇ ਭੈਣਾਂ ਭਰਾਵਾਂ ਨੂੰ ਕਈਆਂ ਨੂੰ ਜਲੰਧਰ ਨੂੰ ਜਾਣਾ ਪੈਂਦਾ, ਕਈਆਂ ਨੂੰ ਅੰਮ੍ਰਿਤਸਰ ਨੂੰ ਜਾਣਾ ਪੈਂਦਾ, ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪੈਂਦਾ, ਅਤੇ ਇਹ ਤਾਕਤਾਂ ਜਿਹੜੀਆਂ ਸੈਂਟਰ ਕੋਲ ਹੀ ਨੇ। ਸੈਂਟਰ 'ਚ ਜੋ ਸਰਕਾਰ ਬਣ ਗਈ, ਇਹ ਮਸਲੇ ਹੱਲ ਹੋਣੇ ਹੀ ਹੋਣੇ ਆ। ਨਾਲ ਜਿਹੜੀ MLA ਸਾਹਿਬ ਨੇ ਬੰਨ ਦੀ ਗੱਲ ਕੀਤੀ ਆ, ਜਿਹੜੀ ਖਡੂਰ ਸਾਹਿਬ ਵਿਧਾਨ ਸਭਾ ਵਾ, ਇਹ ਵੀ ਵੇਖੋ ਵੱਡੇ ਦਿੱਗਜ ਨੇਤਾ ਰਹੇ ਇੱਥੋਂ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਅਤੇ ਉਹ ਇੱਕ ਮਹਿਜ ਵੇਖ ਲਓ ਬੰਨ ਨਹੀਂ ਬਣਾ ਸਕੇ। ਅਤੇ ਹੋਰ ਵੀ ਸਾਡੇ ਇਲਾਕੇ ਦੇ ਵਿੱਚ ਇਹ ਜਿਹੜੀ ਲੋਕ ਸਭਾ ਖਡੂਰ ਸਾਹਿਬ ਹੈ, ਮੈਨੂੰ ਉਮੀਦ ਹੈ ਵੀ ਦਰਿਆ ਦਾ ਸਭ ਤੋਂ ਵੱਧ ਏਰੀਆ ਇਸੇ ਲੋਕ ਸਭਾ ਦੇ ਵਿੱਚ ਆ, ਔਰ ਜਿੱਥੋਂ ਆਪਾਂ ਸ਼ੁਰੂ ਹੁੰਦੇ ਹਾਂ ਸੁਲਤਾਨਪੁਰ ਲੋਧੀ ਕਪੂਰਥਲਾ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਧਰੋਂ ਹਰੀਕੇ ਸਭਰਾ ਗੱਟੀ ਘੜੁੰਮ ਪਰੇ ਝੁੱਗੀਆਂ ਨੂਰ ਮੁਹੰਮਦ ਝੁੱਗੀਆਂ ਨੱਥਾ ਸਿੰਘ ਮੁੱਠਿਆਂ ਵਾਲਾ ਜੀਰੇ ਹਲਕੇ ਦੇ ਕਈ ਪਿੰਡ, ਸਭ ਤੋਂ ਲੰਮਾ ਏਰੀਆ ਲੋਕ ਸਭਾ ਖਡੂਰ ਸਾਹਿਬ ਦਾ, ਸਤਲੁਜ ਅਤੇ ਬਿਆਸ ਦਾ ਸੰਗਮ ਵੀ ਇਸੇ ਇਲਾਕੇ ਦੇ ਵਿੱਚ ਹੁੰਦਾ, ਮਾਝੇ ਮਾਲਵੇ ਦੁਆਬੇ ਦਾ ਇਹ ਸੰਗਮ ਆ, ਅਤੇ ਜਿੰਨੇ ਵੀ ਬੰਨ ਮੰਨ ਵਾਲੇ ਬੰਨ ਅਤੇ ਸੈਂਟਰ ਗੌਰਮੈਂਟ ਤੋਂ ਅਸੀਂ ਬਣਵਾਉਣੇ ਬਣਵਾਉਣੇ ਆ। ਨਾਲ ਜਿੰਨੇ ਬੰਨ ਬਣੇ ਆ ਉਹਨਾਂ ਦੇ ਨਾਲ ਪੱਥਰ ਦੀ ਦੀਵਾਰ ਬਣਾਵਾਂਗੇ, ਤਾਂ ਜੋ ਜਿਹੜੇ ਬੰਨ ਟੁੱਟਦੇ ਆ, ਬੰਨ ਕਮਜ਼ੋਰ ਬੰਨ ਟੁੱਟ ਕੇ ਬਾਹਰ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਫਸਲਾਂ ਦਾ ਨੁਕਸਾਨ ਨਾ ਹੋਵੇ, ਚੰਗੇ ਵਧੀਆ ਮੋਟੇ ਤਰ੍ਹਾਂ ਦੀ ਕੰਧ ਬਣਾ ਕੇ ਪੱਥਰ ਲਾ ਕੇ ਬੰਨ ਨੂੰ ਮਜ਼ਬੂਤ ਕਰਾਂਗੇ, ਤਾਂ ਜੋ ਬੰਨ ਦੇ ਵਿੱਚ ਵਿੱਚ ਹੀ ਪਾਣੀ ਚੱਲੇ, ਬਾਹਰ ਨਾ ਟੁੱਟੇ। ਬਿਲਕੁਲ, ਇੱਕ ਹੋਰ ਸਵਾਲ ਕਰ ਲਈਏ ਕਿ ਇੰਟਰਵਿਊ ਜਿਹੜਾ ਸੀ ਰਾਣੇ ਗੁਰਜੀਤ ਜੀ ਵੱਲੋਂ ਕੀਤੀ ਗਈ ਹੈ, ਔਰ ਰਾਣਾ ਗੁਰਜੀਤ ਦੇ ਉਹਨਾਂ ਨੇ ਕਿਹਾ ਕਿ ਜਿਹੜਾ ਆਨੰਦਪੁਰ ਜਾਂ ਖਡੂਰ ਸਾਹਿਬ ਤੋਂ ਮੇਰਾ ਬੇਟਾ ਅਗਰ ਚੋਣ ਲੜਦਾ ਹੈ ਤਾਂ ਉਸਦੀ ਹਮਾਇਤ ਪੂਰੀ ਕੀਤੀ ਜਾਊਗੀ, ਉਸਦਾ ਸਾਥ ਦਿੱਤਾ ਗਿਆ, ਯਾਨੀ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਅੱਗੇ ਕੀਤਾ, ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਜਿਹੜਾ ਮਰਜ਼ੀ ਖਡੂਰ ਸਾਹਿਬ ਲੋਕ ਤੋਂ ਸਭਾ ਤੋਂ ਆਨੰਦਪੁਰ ਸਾਹਿਬ ਲੋਕ ਸਭਾ ਤੋਂ ਆਵੇ,
ਭਾਵੇਂ ਅਕਾਲੀ ਦਲ ਵੱਲੋਂ ਮਜੀਠੀਆ ਆ ਜੇ, ਰਾਣਾ ਗੁਰਜੀਤ ਆ ਜੇ, ਰਾਣੇ ਗੁਰਜੀਤ ਦਾ ਮੁੰਡਾ ਆ ਜੇ, ਐਰਕਾ ਖਡੂਰ ਸਾਹਿਬ ਲੋਕ ਸਭਾ ਵਾਲੇ, ਆਨੰਦਪੁਰ ਸਾਹਿਬ ਵਾਲੇ, 13 ਦੀਆਂ 13 ਸੀਟਾਂ ਤੋਂ ਪੰਜਾਬ ਦੀਆਂ ਤੋਂ ਲੋਕ ਐਰਕਾ ਇਹਨਾਂ ਨੂੰ ਮਾਂਜ ਕੇ ਭੇਜਣਗੇ ਰਵਾਇਤੀਆਂ ਨੂੰ। ਇਹਨਾਂ ਨੂੰ ਦੱਸ ਦੇਣਗੇ ਵੀ 75 ਸਾਲ ਤੁਹਾਨੂੰ ਵੋਟਾਂ ਪਾਈਆਂ ਅਤੇ ਵੋਟਾਂ ਦਾ ਕੀ ਕੀਤਾ ਤੁਸੀਂ। ਐਰਕਾ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਨੂੰ, ਜਿਹੜੇ 2 ਸਾਲ 'ਚ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ, ਬਿਜਲੀ ਬਿੱਲ 0, 24 ਘੰਟੇ ਬਿਜਲੀ ਖੇਤਾਂ ਦੇ ਵਿੱਚ, ਕਿਸਾਨਾਂ ਨੂੰ ਰਾਤ ਮੋਟਰਾਂ 'ਤੇ ਜਾਣ ਦੀ ਲੋੜ ਨਹੀਂ ਪਈ, ਲੋਕਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਆ ਗਿਆ, ਪੱਕੇ ਖਾਲੇ ਬਣਦੇ ਆ, ਅੰਡਰਗਰਾਊਂਡ ਪੈਪ ਪੈਂਦੇ ਆ, ਹੋਰ ਕਈ ਕੰਮ ਜਿਹੜੇ ਮਹੱਲਾ ਕਲੀਨਿਕ ਬਣਾ ਤੇ ਆ, ਫ੍ਰੀ ਲੇਡੀ ਸਵਾਰੀ ਬੱਸਾਂ 'ਤੇ ਚੱਲਣ ਦੀ ਆ, ਦਿੱਲੀ ਏਅਰਪੋਰਟ ਨੂੰ ਬੱਸਾਂ ਚਲਾਤੀਆਂ, ਕਿੰਨੀਆਂ ਸਹੂਲਤਾਂ 2 ਸਾਲਾਂ 'ਚ! ਇੰਨੇ ਕੰਮ ਮੈਨੂੰ ਲੱਗਦਾ ਪਿਛਲਿਆਂ ਨੇ 5 ਸਾਲਾਂ 'ਚ ਨਹੀਂ ਹੈ ਕਰਦੇ ਹੁੰਦੇ ਜਿੰਨੇ 2 ਸਾਲਾਂ 'ਚ ਕਰਤੇ ਆ। ਗੱਲ 3 ਸਾਲਾਂ 'ਚ ਜਿਹੜੇ ਕੰਮ ਰਹਿ ਗਏ ਆ, 1 ਗਰੰਟੀ ਰਹਿ ਗਈ 1,000 ਰੁਪਇਆ ਬੀਬੀਆਂ ਵਾਲਾ, ਉਹ ਵੀ ਆਉਂਦੇ ਕੁਝ ਸਮੇਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਪੂਰੀ ਕਰਨਗੇ। 2027 'ਚ ਫੇਰ ਵੋਟਾਂ ਮੰਗਣ ਆਵਾਂਗੇ, ਜੇ ਸਾਰੇ ਕੰਮ ਲੋਕਾਂ ਦੇ ਕਰਤੇ ਫੇਰ ਵੋਟ ਮੰਗਣ। ਖਡੂਰ ਸਾਹਿਬ ਤੋਂ ਕੋਈ ਵੀ ਕੈਂਡੀਡੇਟ ਆ ਜੇ, ਦੇਖੋ ਮੈਂ ਨਹੀਂ ਕਹਿੰਦਾ ਆਪਣੇ ਆਪ ਨੂੰ ਸਟਰੋਂਗ, ਲੋਕ ਸਟਰੋਂਗ ਨੇ, ਲੋਕ ਮਾਂਜ ਕੇ ਭੇਜਣਗੇ, ਲੋਕਾਂ ਦੀ ਜਿਹੜੀ ਆ ਉਹ ਸੱਤਾ ਆ, ਲੋਕ ਜਨਤਾ ਜਨਾਰਦਨ ਆ, ਲੋਕਾਂ ਨੇ ਅੱਗੇ 92 ਜਿਤਾਏ ਆ, ਲੋਕਾਂ ਨੇ ਹੁਣ 13 ਜਿਤਾ ਕੇ ਭੇਜਣੇ ਆ, ਤੇ ਇਹਨਾਂ ਰਵਾਇਤੀਆਂ ਨੂੰ ਲੋਕਾਂ ਨੇ ਮਾਂਜ ਕੇ ਭੇਜਣਾ। ਧੰਨਵਾਦ। ਔਰ ਮਨਜਿੰਦਰ ਜੀ, ਵਰਕਰ ਸੰਮੇਲਨ ਤੁਹਾਡੇ ਵੱਲੋਂ ਰੱਖਿਆ ਗਿਆ ਸੀ, ਉਸ ਨੂੰ ਕਿਸ ਤਰੀਕੇ ਨਾਲ ਲੈਂਦੇ? ਬਹੁਤ ਵਧੀਆ ਲੱਗਾ, ਲੋਕਾਂ ਨੇ ਭਰਵਾਂ ਪਿਆਰ ਜਿਹੜਾ ਉਹ ਦਿੱਤਾ, ਤੇ ਇਦਾਂ ਦੇ ਇਕੱਠ ਹੀ ਮੇਰੀ ਇਲੈਕਸ਼ਨ ਤੋਂ ਪਹਿਲਾਂ ਆਉਂਦੇ ਰਹੇ ਆ, ਤੇ ਇਹ ਪਹਿਲਾ ਇਕੱਠ ਸੀ, ਅੱਜ ਅਸੀਂ ਸ਼ੁਰੂਆਤ ਕੀਤੀ ਆਪਣੇ ਪਿੰਡ ਲਾਲਪੁਰ ਤੋਂ, ਆਪਣੇ ਘਰੋਂ ਸ਼ੁਰੂਆਤ ਕੀਤੀ ਹੈ ਇਸ ਚੋਣ ਮੁਹਿੰਮ ਦੀ ਹਲਕਾ ਖਡੂਰ ਸਾਹਿਬ ਦੇ ਵਿੱਚ, ਤੇ ਹੁਣ ਤੁਸੀਂ ਵੇਖਿਓ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਮੀਕਰਨ ਜਿਹੜੇ ਹੋਰ ਬਦਲ ਦੇਵਾਂਗੇ। ਤੁਹਾਨੂੰ ਦੇਖ ਕੇ ਉਹਨਾਂ ਨੇ ਕਿਹਾ ਕਿ 30,000+ ਵੋਟਾਂ ਨਾਲ ਜਿਹੜਾ ਖਡੂਰ ਸਾਹਿਬ ਜਿੱਤੇਗਾ, ਕਿਸ ਤਰ੍ਹਾਂ ਦੇਖਦੇ? ਹਾਂ ਬਿਲਕੁਲ, ਮੇਰੇ ਵੱਡੇ ਭਰਾ ਨੇ ਜੋ ਮੇਰੀ ਜ਼ਿੰਮੇਵਾਰੀ ਲਈ ਆ, ਤੇ ਮੈਂ ਉਹਨੂੰ ਨਿਭਾਵਾਂਗਾ। ਸੋ 16,500 ਤਾਂ ਲੋਕਾਂ ਨੇ ਪਿਛਲੀ ਵਾਰ ਲੀਡ ਸਾਨੂੰ ਦਿੱਤੀ ਆ, ਤੇ ਐਰਕੀ ਅਸੀਂ ਕੰਮ ਵੀ ਕੀਤੇ ਆ, ਤੇ ਆਸ ਕਰਦੇ ਹਾਂ ਕਿ ਸਾਡੇ ਉਹਨਾਂ ਕੰਮਾਂ ਨੂੰ ਰਾਤ ਦਿਨ ਉਹਨਾਂ ਦੀ ਸੇਵਾ ਦੇ ਵਿੱਚ ਰਹੇ ਹਾਂ, ਤੇ ਵਾਕਈ ਜੋ ਮੇਰੇ ਭਰਾ ਨੇ ਸਾਡੇ ਹਲਕਾ ਖਡੂਰ ਸਾਹਿਬ ਦੀ ਡਿਊਟੀ ਲਈ ਆ, ਉਹ ਅਸੀਂ ਸਾਰਿਆਂ ਦੀ ਜ਼ਿੰਮੇਵਾਰੀ ਆ, ਸਾਰੇ ਲੋਕਾਂ ਦੀ ਜ਼ਿੰਮੇਵਾਰੀ ਕਿ ਅਸੀਂ ਉਹਨੂੰ ਪੂਰੀ ਕਰੀਏ, ਤੇ ਸਾਡੀਆਂ ਜਿਹੜੀਆਂ ਮੰਗਾਂ ਉਹ ਫਿਰ ਪੂਰੀਆਂ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ। ਬਿਲਕੁਲ, ਧੰਨਵਾਦ ਸਰ ਮਹਿੰਦਰ ਸਿੰਘ ਲਾਲਪੁਰਾ ਔਰ ਲਾਲਜੀਤ ਸਿੰਘ ਭੁੰਦਰ, ਜੋ ਕਿ ਅੱਜ ਲਾਲਪੁਰਾ ਦੇ ਵਿੱਚ ਜਿਹੜੀ ਆ ਉਹਨਾਂ ਵੱਲੋਂ ਇੱਕ ਵਰਕਰ ਸੰਮੇਲਨ ਰੱਖਿਆ ਗਿਆ ਸੀ, ਜੋ ਕਿ ਇੱਕ ਦਿਨ ਔਰ ਜਿਹੜਾ ਰੈਲੀ ਦਾ ਰੂਪ ਧਾਰ ਗਿਆ। ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਦਾਅਵਾ ਕਿ ਇਹ ਤੋਂ ਵੱਡੀ ਲੀਡ ਦੇ ਨਾਲ ਖਡੂਰ ਸਾਹਿਬ ਜਿਹੜਾ ਜਿੱਤਿਆ ਜਾਵੇਗਾ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।